ਸਾਊਦੀ ਦੇ ਜੁਆਇੰਟ ਸ਼ਹਿਰ ਦੇ ਵਿੱਚ ਅਜਿਹਾ ਕੀ ਹੋਇਆ ਕਿ ਸਾਊਦੀ ਦਾ ਰਾਜਾ ਵੀ ਕੰਬ ਉੱਠਿਆ? ਇਹ ਘਟਨਾ ਬਲਵੀਰ ਸਿੰਘ ਨੇ ਦੱਸੀ ਜੋ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਜਸਵੀਰ ਸਿੰਘ ਦੱਸਦੇ ਨੇ ਕਿ 15 ਸਾਲਾਂ ਤੋਂ ਅਲਮਨਾ ਕੰਪਨੀ ਦੇ ਵਿੱਚ ਉਹ ਕੰਮ ਕਰਦੇ ਸੀ। 15 ਸਾਲਾਂ ਦੇ ਵਿੱਚ ਬਹੁਤ ਘੱਟ ਪੰਜਾਬ ਗਿਆ ਸੀ, ਮਿਹਨਤ ਕਰਕੇ ਘਰ ਦੀ ਗਰੀਬੀ ਦੂਰ ਕੀਤੀ ਅਤੇ ਨਵਾਂ ਘਰ ਬਣਾਇਆ, ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਵੀ ਕਰਵਾਈ, ਜਿੰਨਾ ਵੀ ਕਰਜ਼ਾ ਸੀ ਸਾਰਾ ਤਾਰ ਦਿੱਤਾ। ਫਿਰ 2016 ਦੇ ਵਿੱਚ ਆਖਰੀ ਵਾਰ ਪੰਜਾਬ ਗਿਆ ਅਤੇ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਈ, ਕਿਵੇਂ ਇੱਕ ਵਾਰ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਦਰਸ਼ਨ ਕਰ ਲਵਾਂ। ਬਾਅਦ ਦੇ ਵਿੱਚ ਫੈਸਲਾ ਲਿਆ ਕਿ ਮੈਂ ਅੰਮ੍ਰਿਤ ਛਕਣਾ, ਬਾਣੀ ਤਾਂ ਮੈਂ ਪਹਿਲਾਂ ਹੀ ਪੜ੍ਹਦਾ ਸੀ ਪਰ ਅੰਮ੍ਰਿਤ ਨਹੀਂ ਛਕਿਆ ਸੀ। ਇਸ ਵਾਰ ਪੰਜਾਬ ਆਇਆ ਤਾਂ ਮੈਂ ਆਪਣੀ ਪਤਨੀ ਦੇ ਨਾਲ ਰਲ ਕੇ ਅੰਮ੍ਰਿਤ ਛਕ ਲਿਆ, ਆਪਾਂ ਗੁਰੂ ਵਾਲੇ ਬਣ ਗਏ। ਹੁਣ ਮੈਂ ਨਿਤਨੇਮ ਦੇ ਵਿੱਚ ਹਰ ਰੋਜ਼ ਪੱਕਾ ਹੋ ਗਿਆ ਅਤੇ ਵਾਪਸ ਮੈਂ ਸਾਊਦੀ ਅਰਬ ਦੇ ਵਿੱਚ ਆ ਗਿਆ, ਆਪਣਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ। ਹੁਣ ਇੱਥੇ ਆ ਕੇ ਨਿਤਨੇਮ ਕਰ ਲੈਂਦਾ ਪਰ ਗੁਰੂ ਦੇ ਦਰਸ਼ਨ ਕਿਵੇਂ ਕਰਾਂ, ਮੈਂ ਗੁਰਦੁਆਰੇ ਕਿਵੇਂ ਜਾਂਦਾ? ਇੱਥੇ ਤਾਂ ਦੂਰ ਦੂਰ ਤੱਕ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ। ਐਲਮਾਨੇ ਇੰਨਾ ਪੱਕਾ ਵੀ ਨਹੀਂ ਸੀ ਹੋਇਆ ਕਿ ਆਪਣੇ ਅੰਦਰ ਹੀ ਗੁਰੂ ਦਰਸ਼ਨ ਕਰ ਲਵਾਂ। ਹੁਣ ਅੰਮ੍ਰਿਤ ਛਕਣ ਤੋਂ ਬਾਅਦ ਮੇਰੇ ਅੰਦਰ ਲਾਲਸਾ ਵੱਧ ਗਈ, ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਰੋਜ਼ ਗੁਰਦੁਆਰਾ ਸਾਹਿਬ ਜਾਣਾ ਹੈ। ਮੈਂ ਕੀ ਕਰਦਾ ਸੀ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਥੇ ਰੋਜ਼ ਧਰਮ ਦੀਆਂ ਇਬਾਦਤਾਂ ਅਤੇ ਹੋਰ ਸਥਾਨ ਨਹੀਂ ਬਣਾਇਆ ਜਾ ਸਕਦਾ। ਮੈਂ ਕਰਦਾ ਫਾਇਦੇ ਦੀ ਗੱਲ ਦਿਲ ਦਿਮਾਗ ਵਿੱਚ ਬੈਠ ਗਈ, ਗੁਰੂ ਤਾਂ ਹਰ ਥਾਂ ਉੱਤੇ ਹੁੰਦੇ ਹਨ, ਫਿਰ ਗੁਰਦੁਆਰਾ ਹਰ ਥਾਂ ਉੱਤੇ ਕਿਉਂ ਨਹੀਂ ਬਣ ਸਕਦਾ? ਮੇਰੇ ਅੰਦਰ ਇਹ ਦੁੱਖ ਰਹਿਣ ਕਾਰਨ ਮੈਂ ਥੋੜ੍ਹਾ ਬਿਮਾਰ ਰਹਿਣ ਲੱਗ ਪਿਆ, ਜਿਸ ਕਰਕੇ ਮੇਰੀ ਫੈਮਿਲੀ ਵੀ ਟੈਨਸ਼ਨ ਲੈਣ ਲੱਗ ਪਈ। ਇੱਕ ਦਿਨ ਪਰੇਸ਼ਾਨੀ ਵਿੱਚ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਦੁਬਈ ਵਿੱਚ ਰਹਿੰਦਾ ਸੀ। ਮੈਂ ਉਸਨੂੰ ਆਪਣੀ ਸਾਰੀ ਗੱਲ ਦੱਸੀ ਤਾਂ ਦੋਸਤ ਭੁਪਿੰਦਰ ਸਿੰਘ ਨੇ ਕਿਹਾ, ਜੋ ਕਿ ਗੁਰਸਿੱਖ ਹੈ, ਉਸਨੇ ਮੇਰੀ ਸਾਰੀ ਗੱਲ ਸੁਣੀ, ਮੈਨੂੰ ਕਹਿਣ ਲੱਗਿਆ ਦੁਬਈ ਦਾ ਗੁਰਦੁਆਰਾ ਸਾਹਿਬ ਮੇਰੇ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ 'ਤੇ ਹੈ, ਹਰ ਰੋਜ਼ ਉਸਦੇ ਸਾਹਮਣੇ ਹੀ ਲੰਘਦਾ ਹਾਂ, ਪਰ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਮਹੀਨੇ ਦੇ ਵਿੱਚ 1-2 ਵਾਰੀ ਹੀ ਜਾਂਦਾ ਹਾਂ। ਇਸ ਤਰ੍ਹਾਂ ਕੁਝ ਨਹੀਂ ਹੁੰਦਾ, ਪਰਮਾਤਮਾ ਹਰ ਜਗ੍ਹਾ 'ਤੇ ਹੈ। ਹਰ ਕੋਈ ਵਿਦੇਸ਼ ਮੁਲਕ ਚਾਹੇ ਜਿੰਨੀ ਮਰਜ਼ੀ ਮਨਾਹੀ ਹੋਵੇ, ਪਰ ਜੇਕਰ ਤੁਹਾਡੇ ਅੰਦਰ ਗੁਰੂ ਨੂੰ ਮਿਲਣ ਦੀ ਚਾਹ ਹੈ ਤਾਂ ਗੁਰਦੁਆਰਾ ਉੱਥੇ ਹੀ ਬਣ ਜਾਂਦਾ ਹੈ। ਇੱਕ ਵਾਰ ਤਾਂ ਮੈਂ ਆਪਣੇ ਦੋਸਤ ਦੀ ਗੱਲ ਸੁਣ ਕੇ ਬਿਲਕੁਲ ਸ਼ਾਂਤ ਹੋ ਗਿਆ, ਪਰ ਇਹ ਸਭ ਕੁਝ ਅਸਲ ਦੇ ਵਿੱਚ ਕਿਵੇਂ ਹੋ ਸਕਦਾ ਸੀ ਮੈਨੂੰ ਸਮਝ ਨਹੀਂ ਆਇਆ। ਫਿਰ ਮੈਂ ਇੱਕ ਦਿਨ ਆਪਣੇ ਘਰ ਦੇ ਬਾਹਰ ਬੈਠਾ ਹੋਇਆ ਸੀ, ਘਰ ਦੇ ਬਾਹਰ ਬੈਠਿਆ ਹੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗਿਆ। ਪਾਠ ਕਰਦਿਆਂ ਕਰਦਿਆਂ ਮੇਰੀ ਸੁਰਤ ਲੱਗ ਗਈ ਤਾਂ ਮੈਨੂੰ ਆਨੰਦ ਆਉਣ ਲੱਗ ਗਿਆ। ਅਚਾਨਕ ਹੀ ਮੈਨੂੰ ਪਲਟ ਕਰਦੀ ਇੱਕ ਤੇਜ਼ ਹਵਾ ਦਾ ਬੋਲਾ ਮਹਿਸੂਸ ਹੋਇਆ। ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਨੀਲੇ ਬਾਣਿਆਂ ਦੇ ਵਿੱਚ ਸਿੰਘ ਚੱਲੇ ਆ ਰਹੇ ਸੀ। ਇੰਨੇ ਸਿੰਘ ਦੇਖ ਕੇ ਮੈਂ ਅਚਾਨਕ ਡਰ ਗਿਆ, ਪਰ ਪਾਠ ਕਰਨਾ ਬੰਦ ਕਰ ਦਿੱਤਾ। ਉਹਨਾਂ ਦੇ ਵਿੱਚੋਂ ਇੱਕ ਸਿੰਘ ਨੇ ਉੱਥੋਂ ਹੀ ਪਾਠ ਸ਼ੁਰੂ ਕਰ ਦਿੱਤਾ ਜਿੱਥੋਂ ਮੈਂ ਬੰਦ ਕੀਤਾ ਸੀ। ਇੱਕ ਸਿੰਘ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ, ਜਸਵੀਰ ਸਿੰਘ, ਗੁਰੂ ਸਾਹਿਬ ਦੀ ਸਭਾ ਆ ਰਹੀ ਹੈ, ਜਾਪ ਕਰਨਾ ਸ਼ੁਰੂ ਕਰ ਦਿਓ। ਇੱਕ ਤੇ ਇੱਕ ਪ੍ਰਕਾਸ਼ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਸਾਰੇ ਸਿੰਘ ਇੱਕ ਆਵਾਜ਼ ਦੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ। ਜਿਵੇਂ ਹੀ ਪ੍ਰਕਾਸ਼ ਹੋਇਆ ਸਿੰਘਾਂ ਨੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਮੇਰੀ ਜੇਬ ਦੇ ਵਿੱਚ ਜੋ ਕੁਝ ਸੀ ਭੇਟ ਕਰਕੇ ਮੱਥਾ ਟੇਕਿਆ, ਉਹਨਾਂ ਵਿੱਚੋਂ ਇੱਕ ਸਿੰਘ ਨੀਲਾ ਨਿਸ਼ਾਨ ਲੈ ਕੇ ਸੇਵਾ ਦੇ ਵਿੱਚ ਖੜਾ ਸੀ। ਸੁਖਮਨੀ ਸਾਹਿਬ ਦਾ ਪਾਠ ਚੱਲਦਾ ਰਿਹਾ। ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਇਹ ਸੁਪਨਾ ਆ ਰਿਹਾ ਹੈ, ਪਰ ਮੈਂ ਸੁਪਨੇ ਵਿੱਚ ਬਾਹਰ ਨਹੀਂ ਆਉਣਾ ਚਾਹੁੰਦਾ ਸੀ। ਅਸਲ ਦੇ ਵਿੱਚ ਮੈਂ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਸਾਡੇ ਹੀ ਕੈਂਪ ਦੇ ਕੁਝ ਬੰਗਾਲੀ ਲੋਕ ਆ ਕੇ ਉੱਥੇ ਖੜ੍ਹੇ ਹੋ ਗਏ, ਹੱਥ ਜੋੜ ਕੇ ਸਭ ਕੁਝ ਦੇਖਣ ਲੱਗ ਗਏ।
ਹੋਰ ਤੇ ਹੋਰ ਸਾਡਾ ਗਾਰਡ ਵੀ ਉੱਥੇ ਆ ਗਿਆ ਪਰ ਬੋਲਿਆ ਕੁਝ ਵੀ ਨਹੀਂ। ਪਾਠ ਦਾ ਭੋਗ ਪਿਆਰ ਦਾ ਸੋਈ ਨਾਲ ਹੀ ਨਗਾਰੇ ਵੱਜਣੇ ਸ਼ੁਰੂ ਹੋ ਗਏ। ਲਾਂਗਰੀਆਂ ਦੀ ਆਵਾਜ਼ ਸੁਣ ਕੇ ਕੈਂਪ ਦੇ ਹੋਰ ਵੀ ਲੋਕ ਉੱਥੇ ਆ ਗਏ। ਪੰਜਾਬੀ ਮੇਰੇ ਨਾਲ ਰਹਿੰਦੇ ਸੀ ਉਹ ਕਹਿਣ ਲੱਗੇ ਇਹ ਕਿਵੇਂ ਹੋਇਆ, ਕਿਸੇ ਨੇ ਕੁਝ ਦੇਖ ਲਿਆ ਤਾਂ ਬੁਰਾ ਹੋਵੇਗਾ। ਪਰ ਮੈਂ ਉਹਨਾਂ ਦੀ ਗੱਲ ਦੀ ਪਰਵਾਹ ਨਹੀਂ ਕੀਤੀ। ਜਿਸ ਤੋਂ ਬਾਅਦ ਦੇਗ ਵਰਤੀ ਅਤੇ ਸਾਰਿਆਂ ਨੇ ਪ੍ਰਸ਼ਾਦ ਲਿਆ। ਦੇਖਦੇ ਹੀ ਦੇਖਦੇ ਸਾਰੇ ਸਿੰਘ ਉੱਥੋਂ ਫਤਿਹ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਚਲੇ ਗਏ। ਉੱਥੇ ਖੜ੍ਹਾ ਹਰ ਇੱਕ ਬੰਦਾ ਹੈਰਾਨ ਸੀ, ਸਭ ਕੁਝ ਕਿਵੇਂ ਹੋ ਸਕਦਾ ਹੈ। ਹੁਣ ਅਗਲੇ ਦਿਨ ਜੋ ਵੀ ਹੋਣਾ ਸੀ ਉਸ ਤੋਂ ਹਰ ਬੰਦਾ ਡਰ ਰਿਹਾ ਸੀ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਅਗਲੇ ਦਿਨ ਕੀ ਹੋਵੇਗਾ। ਪਰ ਜਦੋਂ ਅਗਲੇ ਦਿਨ ਹੋਇਆ ਤਾਂ ਸਭ ਕੁਝ ਨੋਰਮਲ ਚੱਲਿਆ, ਕਿਸੇ ਨੇ ਕੁਝ ਵੀ ਨਹੀਂ ਕਿਹਾ। ਜਦੋਂ ਮੈਂ ਆਪਣੇ ਕੈਂਪ ਤੋਂ ਬਾਹਰ ਆਉਣ ਲੱਗਿਆ ਤਾਂ ਗਾਰਡ ਨੇ ਮੈਨੂੰ ਕਿਹਾ ਰਾਤ ਜੋ ਖਾਣ ਦੇ ਲਈ ਪ੍ਰਸ਼ਾਦ ਦਿੱਤਾ ਸੀ ਮੈਨੂੰ ਇੱਕ ਵਾਰ ਫਿਰ ਉਹ ਪ੍ਰਸ਼ਾਦ ਲਿਆ ਕੇ ਦਿਓ। ਮੈਂ ਹੈਰਾਨ ਸੀ, ਇਹ ਸਭ ਕੁਝ ਸੱਚ ਹੈ? ਬਾਕੀ ਵੀ ਮੇਰੇ ਵੱਲ ਪੁੱਛਦੇ ਰਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੋਂ ਲਿਆਏ ਸੀ, ਉਹ ਸਾਰੇ ਸਿੰਘ ਕੌਣ ਸੀ? ਪਰ ਇਹਨਾਂ ਦਾ ਜਵਾਬ ਮੇਰੇ ਕੋਲ ਬਿਲਕੁਲ ਵੀ ਨਹੀਂ ਸੀ। ਮੈਂ ਹਰ ਰੋਜ਼ ਨਿਤਨੇਮ ਕਰਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਦਰਸ਼ਨ ਕਰਦਾ ਹਾਂ, ਪ੍ਰਸ਼ਾਦ ਬਣਾ ਕੇ ਆਪਣੇ ਕੈਂਪ ਦੇ ਵਿੱਚ ਵੜਦਾ ਹਾਂ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹਾਂ। ਸੋ ਉਸ ਦਿਨ ਸ਼ਾਇਦ ਸਿੰਘਾਂ ਨੇ ਮੇਰੇ ਮਨ ਦਾ ਵਹਿਮ ਭਰਮ ਦੂਰ ਕੀਤਾ ਕਿ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਲੋੜ ਹੈ। ਵਹਿਮ ਕਰਕੇ ਉਸਨੂੰ ਦੇਖਣ ਦੀ ਤੁਹਾਡਾ ਇਸ ਪੂਰੀ ਘਟਨਾ ਦੇ ਬਾਰੇ ਕੀ ਕਹਿਣਾ ਹੈ, ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਧੰਨਵਾਦ।